ਕੋਈ ਇਸ਼ੂ ਨਹੀਂ ਹੈਗਾ, ਸਿਰਫ ਬਿਨਾਂ ਗੱਲ ਤੋਂ ਇੱਥੇ ਆ ਕੇ। ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ, ਦਾਵਾ ਕੀਤਾ ਜਾ ਰਿਹਾ ਕਿ ਕੁਛ ਉਹ ਵਿਅਕਤੀ ਹੈ ਜਿਹੜਾ ਉਹ ਪਾਣੀ ਦੇਣ ਆਇਆ ਹੋਇਆ ਸੀ, ਕਰਜ਼ਾ ਉਹ ਨਜਾਇਜ਼ ਚੱਕਿਆ ਗਿਆ, ਜਿਹੜਾ ਠੇਕੇ ਤੇ ਜ਼ਮੀਨ ਲੈ ਕੇ ਬਾਹਰ ਹੈ ਜੀ, ਅਗਲੇ ਨੇ ਜੀ ਠੇਕੇ ਤੇ ਲਈ ਆ ਜੀ। ਉਹ ਕੋਈ ਨਹੀਂ, ਜਿਹੜੀ ਵੀ ਮਿਲਿਆ ਆਪਾਂ ਡਿਟੇਲ ਸਾਰੀਆਂ ਤੁਹਾਨੂੰ ਦੱਸਾਂਗੇ, ਪਰ ਰੋਡ ਤੇ ਤਾਂ ਕੁਝ ਡਿਸਾਈਡ ਨਹੀਂ ਹੋਣਾ ਨਾ। ਵੀ ਆ ਗਿਆ ਜੀ ਅਗਲਾ, ਜਿਹੜੀਆਂ ਵੀ ਡਿਟੇਲ ਨੇ ਸੀਨੀਅਰ ਅਫਸਰ ਸਾਰੀ ਗੱਲ ਤੁਹਾਨੂੰ ਦੱਸ ਦੇਣਗੇ। ਤੁਸੀਂ ਸੜਕ ਦੇ ਉੱਤੇ ਤਮਾਸ਼ਾ ਨਾ ਬਣਾਓ, ਕੋਈ ਐਕਸੀਡੈਂਟ ਹੋਏਗਾ, ਪਲੀਜ਼ ਸਾਰੇ ਕਲੀਅਰ ਕਰੋ ਜੀ। ਅੱਜ ਸ਼ਾਮ ਨੂੰ ਇੱਕ ਏ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ, ਗੁਰਮੀਤ ਸਿੰਘ ਕਾਲਾ ਧਨੋਲਾ, ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ FIR ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ, ਜਿਸਮੇ ਭਗੋੜਾ ਥਾ, ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ ਸੁਰਿੰਦਰ ਪਾਲ ਉਰਫ ਪਾਲਾ 'ਤੇ ਕੀਤਾ ਸੀਗਾ। ਉਹਦੀ ਭਾਲ ਦੇ ਤਹਿਤ AGTF ਦੀ ਟੀਮ ਅਤੇ ਬਰਨਾਲਾ ਪੁਲਿਸ ਦੀ ਟੀਮ, ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ। AGTF ਦੀ ਟੀਮ ਇੱਥੇ ਆਈ ਸੀਗੀ, ਉਹਨਾਂ ਕੋਲ ਟੈਕਨੀਕਲ ਅਤੇ ਹਿਊਮਨ ਇੰਟ ਸੀਗਾ ਕਿ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ। ਜਦੋਂ ਅਸੀਂ ਉਸ ਇਨਪੁੱਟ 'ਤੇ ਕੰਮ ਕਰਦੇ ਹੋਏ ਸਾਡੀ ਟੀਮਸ AGTF ਦੀ ਇੱਥੇ ਪਹੁੰਚੀ, ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਅਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ। ਇਹਨਾਂ ਨੇ ਅਨਪ੍ਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ, ਫਾਇਰਿੰਗ ਕਰਕੇ ਉੱਥੋਂ ਭੱਜਣਾ ਸ਼ੁਰੂ ਕਰਤਾ ਅਤੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਆਪਣੇ AGTF ਦੀ ਟੀਮ ਨੇ ਵੀ ਫਾਇਰ ਕੀਤਾ, ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰ ਆਰਮ ਇੰਜਰੀਜ਼ ਆਈ ਐਂਡ ਹੀ ਸਕਮ ਟੂ ਦੀ ਇੰਜਰੀਜ਼। ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ, ਉਹਦੇ ਵਿੱਚ ਸਾਡੇ 2 ਮੈਂਬਰਸ ਜੋ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ, ਉਹਨਾਂ ਨੂੰ ਵੀ ਫਾਇਰ ਆਰਮ ਇੰਜਰੀਜ਼ ਆਈ ਨੇ। ਇਨ ਸਾਰਿਆਂ ਨੂੰ ਅਸੀਂ ਹੋਸਪਿਟਲ ਸ਼ਿਫਟ ਕਰਤਾ। ਇੱਥੋਂ ਸਾਨੂੰ 3 ਸੋਫਿਸਟੀਕੇਟਡ ਵੈਪਨ ਸਮਾਲ ਆਰਮਸ ਅਤੇ ਕਈ ਮੈਗਜ਼ੀਨਸ ਅਤੇ ਲਾਈਵ ਰਾਊਂਡਸ ਬਰਾਮਦ ਹੋਏ ਨੇ। ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਹੈ। ਸਰ ਇਹਦੇ 'ਚ ਹੋਰ ਵੀ ਬੰਦੇ ਸੀ ਇਹਦੇ ਨਾਲ ਸਾਹਮਣੇ ਜੀ? 3 ਬੰਦੇ ਅਸੀਂ ਹੋਰ ਰਾਊਂਡ ਅਪ ਕੀਤੇ। ਇੱਕ ਜੋ ਇਹ 2 ਨੰਬਰ FIR ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਡ ਸੀਗਾ, ਉਹਦੇ ਸਾਥੀ ਹੀ ਸੀਗੇ, ਉਹ ਵੀ ਕੋ ਐਕਿਊਜ਼ਡ ਨੇ। ਇੱਕ ਸੁਖਚੈਨ ਸਿੰਘ ਉਰਫ ਛੀਨਾ ਹੈ ਅਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਹੈ। ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਇਸ ਅਸੀਂ ਰਾਊਂਡ ਅਪ ਕੀਤਾ। ਹਾਂਜੀ, ਕੋਈ ਹੋਰ ਵੀ ਇੰਜਰਡ ਹੋਇਆ? ਨਹੀਂ, ਅਭੀ ਇੰਜਰੀ ਸਾਰਿਆਂ ਨੂੰ ਅਸੀਂ ਚੈੱਕ ਕਰਾਏਗੇ, ਮੈਡੀਕਲ ਹੋਏਗਾ। ਕਾਲੇ ਦੀ ਡੈਥ ਹੋ ਗਈ ਹੈ ਜੀ? ਹਾਂਜੀ, ਹੀ ਸਕਮ ਟੂ ਦੀ ਇੰਜਰੀ। ਸਰ ਕਿਸ ਗੈਂਗਸਟਰ ਦੀ ਗੱਲ ਕਰਦੇ, ਉਹਦੇ ਤੋਂ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਦਰਜ ਸੀਗੇ ਜੀ? ਉਹਦੇ ਤੇ ਉਹ ਏ ਕੈਟੇਗਰੀ ਗੈਂਗਸਟਰ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹਦੇ ਤੇ 67 FIRs ਦਰਜ ਹੈ। 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਿਡ ਹੈਗਾ, ਹੁਣ ਬੇਲ ਤੇ ਚੱਲ ਰਿਹਾ। ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਉਹਦੇ ਤੇ ਮੁਕਦਮਾ ਦਰਜ ਹੋਇਆ, ਜਿਹਦੇ ਵਿੱਚ ਉਹਨੇ ਇੱਕ ਜਾਨਲੇਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਾਮੀ ਨਾਲ ਕੁੱਟਮਾਰ ਕੀਤੀ ਸੀਗੀ ਤੇ ਫਾਇਰ ਇੰਜਰੀਜ਼ ਕੀਤੀ ਸੀ। ਕੋਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਜੀ? ਹਾਂਜੀ, 2 ਜਿੱਦਾਂ ਮੈਂ ਦੱਸਿਆ AGTF ਤੇ ਸਾਡੇ 2 ਮੁਲਾਜ਼ਮ, ਇੰਸਪੈਕਟਰ ਪੁਸ਼ਪਿੰਦਰ ਤੇ ਸਬ ਇੰਸਪੈਕਟਰ ਜਸਪ੍ਰੀਤ, ਉਹਨਾਂ ਨੂੰ ਵੀ ਇੰਜਰੀਜ਼ ਆਈਆਂ। ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫਾਰ ਫਰਦਰ ਟ੍ਰੀਟਮੈਂਟ। ਜਿਸ ਤਰ੍ਹਾਂ ਭੀੜ ਨੇ ਗੱਡੀਆਂ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾ ਰਹੇ ਸੀ, ਤੇ ਉਸ ਮਾਮਲੇ ਤੇ ਕੀ ਕਹਿਣਾ? ਚਲੋ ਉਹਦੇ 'ਚ ਸਰ, ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਰੈਸਟ ਕੀਤਾ ਗਿਆ, ਉਹਦਾ ਵਿਰੋਧ ਕਰ ਰਹੇ? ਨਹੀਂ ਜੀ, ਇਹ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ ਤੇ ਹੀ ਤੁਸੀਂ ਹੈਗੇ ਹੋ। ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਅਤੇ ਜੋ ਰਾਊਂਡ ਅਪ ਹੋਇਆ ਉਹਨਾਂ ਨੇ ਫਾਇਰਿੰਗ ਕੀਤੀ ਹੈ, ਅਭੀ ਪਰਚਾ ਦਰਜ ਹੋਊਗਾ, ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ। ਦੇਖੋ, ਜਿਵੇਂ ਤੁਹਾਨੂੰ SSP ਸਾਹਿਬ ਨੇ ਬਰੀਫ ਕੀਤਾ ਹੈਗਾ ਕਿ ਸਾਡੇ ਕੋਲ ਹਿਊਮਨ ਇੰਟ ਅਤੇ ਟੈਕਨੀਕਲ ਇੰਟ ਹੈਗੀ ਸੀਗੀ, ਇਹਦਾ ਪਿਛੋਕੜ ਵੀ ਦੱਸਿਆ ਹੈਗਾ, ਇਸਨੇ ਇੱਧਰ ਏਰੀਆ ਵਿੱਚ ਕਾਫੀ ਦਹਿਸ਼ਤ ਫੈਲਾਈ ਵੀ ਸੀਗੀ। 302 ਦੇ ਕੇਸ ਦੇ ਵਿੱਚ ਇਹ ਕਨਵਿਕਟ ਹੈਗਾ, ਇਹਦੇ ਬੜੇ ਕੇਸਿਸ ਇੱਥੇ ਟ੍ਰਾਇਲ 'ਤੇ ਚੱਲ ਰਹੇ ਨੇ, ਬੜਿਆਂ 'ਚ ਇਹ ਕਨਵਿਕਟ ਹੈਗਾ, ਬੜੇ ਇਹਦੇ ਅੰਡਰ ਤਫਤੀਸ਼ ਹੈਗੇ ਸੀਗੇ। ਅਤੇ ਲੇਟੈਸਟ ਜਿਹੜਾ 307 ਬਾਰੇ ਦੱਸੀ ਹੈ ਗੱਲ, ਉਹਦੇ ਵਿੱਚ ਇਹ ਲੋੜੀਂਦਾ ਸੀਗਾ, ਫਰਾਰ ਚੱਲਿਆ ਆ ਰਿਹਾ ਸੀਗਾ,
ਅਤੇ ਜਿਹੜੀ ਕੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਿਆ ਕਿ ਇਸ ਏਰੀਏ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ। ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ, ਇਸਨੇ ਅਨਪ੍ਰੋਵੋਕਡ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਹੈਗੀ ਹੈ, ਜਿਸ ਦੇ ਵਿੱਚ ਇੰਸਪੈਕਟਰ ਜਿਹੜੀ ਆਪਣੇ ਇੰਸਪੈਕਟਰ ਪੁਸ਼ਪਿੰਦਰ ਅਤੇ ਸਬ ਇੰਸਪੈਕਟਰ ਜਸਪ੍ਰੀਤ ਨੂੰ ਫਾਇਰ ਆਰਮ ਇੰਜਰੀਜ਼ ਆਈਆਂ ਹਨ, ਜਿਨ੍ਹਾਂ ਨੂੰ ਅਸੀਂ ਆਪਣਾ ਹੋਸਪਿਟਲ ਦੇ ਵਿੱਚ ਸ਼ਿਫਟ ਕੀਤਾ ਹੈਗਾ। ਇਸ ਨੂੰ ਜਦੋਂ ਘੇਰਾ ਪਾਇਆ ਗਿਆ, ਇਸ ਨੂੰ ਜਾਬਤੇ ਅਨੁਸਾਰ ਇਸ ਨੂੰ ਸਰੈਂਡਰ ਕਰਨ ਲਈ ਕਿਹਾ ਗਿਆ। ਫਿਰ ਇਸ ਨੂੰ ਜੈਸੇ ਕਹਿੰਦੇ ਲਿਸਟ ਅਸੀਂ ਫੋਰਸ ਕੀਤੇ, ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ, ਪਰ ਇਸਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪ੍ਰੋਵੋਕਡ ਫਾਇਰਿੰਗ ਕਰਦੇ ਹੋਏ ਸਾਡੇ ਉੱਤੇ ਤਾਬੜਤੋੜ ਫਾਇਰਿੰਗ ਕੀਤੀ ਹੈਗੀ ਹੈ, ਜਿਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹੀ ਹੈਜ਼ ਬੀਨ ਨਿਊਟਰਲਾਈਜ਼ਡ। ਜਿਸ ਤਰ੍ਹਾਂ ਐਸ ਐਸ ਪੀ ਸਾਹਿਬ ਨੇ ਤੁਹਾਨੂੰ ਦੱਸਿਆ, ਇਹਦੇ ਵਿੱਚੋਂ ਹੁਣ ਤੱਕ 3 ਜਿਹੜੇ ਵੈਪਨਸ ਰਿਕਵਰ ਹੋਏ ਹੈ, ਲਾਈਵ ਕਾਰਟਰੀਜ ਹੈ, ਮੈਗਜ਼ੀਨਸ ਹੈਗੇ ਆ, ਕਾਰ ਰਿਕਵਰ ਹੋਈ ਹੈ ਜਿਹਦੇ ਵਿੱਚ ਇਹ ਘੁੰਮ ਫਿਰ ਰਿਹਾ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਹਾ ਸੀ ਵਹੀਕਲ, ਉਹ ਸਾਰੀ ਤਫਤੀਸ਼ ਦਾ ਮਸਲਾ ਹੈਗਾ ਜੋ ਐਸ ਐਸ ਪੀ ਸਾਹਿਬ ਨੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ। ਹਾਂ, ਬਿਕੋਜ਼ ਜਿਹੜੀ ਜੋ ਹੈਗਾ ਉਹਦੇ ਵਿੱਚ, ਪਰ ਫਿਰ ਵੀ ਅਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਜੀ ਇਸ ਬਾਰੇ ਦੱਸ ਪਾਉਣਗੇ। ਹੀ ਹੈਜ਼ ਬੀਨ ਇਮੀਜੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹੋਸਪਿਟਲ, ਸੋ ਦੈਟ ਹੀ ਕੈਨ ਬੀ ਰਿਵਾਈਵਡ ਔਰ ਸਮਥਿੰਗ ਲਾਈਕ ਦੈਟ। ਉਹ ਜਿਹੜੀ ਹੈਗੀ ਪ੍ਰਕਿਰਿਆ ਨੂੰ ਫੋਲੋ ਕੀਤਾ ਗਿਆ ਜਾਬਤੇ ਅਨੁਸਾਰ, ਦੇਖਦੇ ਹਾਂ ਡਾਕਟਰ ਸੇ। ਸਾਨੂੰ ਲੱਗਦਾ ਕਿ ਮੌਕੇ 'ਤੇ ਜਿਸ ਤਰ੍ਹਾਂ ਆਈ ਸੀ ਜਾਂ ਉਹ ਦੇਖੋ, ਇਹ ਤਾਂ ਹੁਣ ਜਿਹੜੇ ਬੰਦੇ ਨਾਲ ਰਾਊਂਡ ਅਪ ਹੋਏ ਆ, ਸਾਰੀ ਗਹਿਣ ਪੁੱਛਗਿੱਛ ਦਾ ਮਸਲਾ ਹੈਗਾ, ਉਸ ਤੋਂ ਬਾਅਦ ਹੀ ਐਸ ਐਸ ਪੀ ਸਾਹਿਬ ਤੁਹਾਨੂੰ ਅਪਡੇਟ ਦੇਣਗੇ ਇਸ ਬਾਰੇ। ਠੀਕ ਹੈ, ਓਕੇ।